ਭਾਰਤ ਅਤੇ ਪਾਕਿਸਤਾਨ ਦੀ ਦੋ ਦੇਸ਼ਾਂ ਦੇ ਵਿਚਕਾਰ ਬਣ ਰਹੇ ਕਰਤਾਰਪੁਰ ਕੋਰੀਡੋਰ ਦੀ ਗੱਲ ਕਰੀਏ ਤਾਂ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਇਹ ਇੱਕ ਜ਼ੀਰੋ ਲਾਈਨ ਪੁਆਇੰਟ ਹੈ ਔਰ ਇਸ ਜਗ੍ਹਾ 'ਤੇ ਜਿਹੜਾ ਕੋਰੀਡੋਰ ਹੈ ਇਹ ਬਿਲਕੁਲ ਤਿਆਰੀ ਹੋ ਰਹੀ ਹੈ। ਭਾਰਤ ਵਾਲੇ ਪਾਸੇ ਦੀ ਗੱਲ ਕਰ ਲਈਏ ਤਾਂ ਭਾਰਤ ਵਾਲੇ ਪਾਸੇ ਜਿਹੜੇ ਓਫੀਸ਼ਲਸ ਨੇ, ਭਾਰਤ ਸਰਕਾਰ ਦੇ ਓਫੀਸ਼ਲਸ ਨੇ, ਉਹਨਾਂ ਦਾ ਕਹਿਣਾ ਕਿ ਉਹਨਾਂ ਦਾ ਲੈਂਡ ਪੋਰਟ ਅਥਾਰਟੀ ਦੀ ਗੱਲ ਕਰੀਏ ਜਾਂ NHAI ਦਾ ਕੰਮ ਦੀ ਗੱਲ ਕਰੀਏ ਤਾਂ 75% ਦੇ ਕਰੀਬ ਉਹਨਾਂ ਦਾ ਕੰਮ ਜਿਹੜਾ ਉਹ ਮੁਕੰਮਲ ਹੋ ਚੁੱਕਾ। ਹਮਾਰਾ 75% ਕੰਮ ਕੰਪਲੀਟ ਹੋ ਗਿਆ ਹੈ ਔਰ ਇਹ 4 ਮਹੀਨੇ ਕਾ ਹਮਾਰਾ ਕੰਮ ਥਾ। ਤੋ ਮੇਰੇ ਪਾਸ ਅਭੀ 31 ਅਕਤੂਬਰ ਸੇ ਪਹਿਲੇ ਕਰੀਬ 16-17 ਦਿਨ ਬਾਕੀ ਹੈ। ਇਨ 16-17 ਦਿਨ ਮੇ ਜੋ ਬਾਕੀ ਕਾ 20-25% ਹੈ ਵੋ ਪੂਰੀ ਤਰ੍ਹਾਂ ਸੇ ਕੰਪਲੀਟ ਹੋ ਜਾਏਗਾ 100%। ਜੋ ਗੁਰੂ ਨਾਨਕ ਨਾਮ ਲੇਵਾ ਸੰਗਤ ਇਸ ਰਸਤੇ ਰਾਹੀਂ ਹੀ ਇਸ ਜਗ੍ਹਾ ਦੇ ਜਿਹੜੇ ਦਰਸ਼ਨ ਕਰਨ ਜਾਏਗੀ। ਅਸੀਂ ਦੂਰਬੀਨ ਰਾਹੀਂ ਵੇਖਦੇ ਸੀ ਅਤੇ ਬਹੁਤ ਲੱਗਦਾ ਸੀ ਵੀ ਜਿਵੇਂ ਕਿਸੇ ਦਿਨ ਨੂੰ ਅਸੀਂ ਇਹਨੂੰ ਨੇੜੇ ਤੋਂ ਵੇਖੀਏ, ਪਰ ਮਹਾਰਾਜ ਨੇ ਸਾਡੀ ਆਸ ਮੁਰਾਦ ਪੂਰੀ ਕੀਤੀ ਆ। ਖੁੱਲ੍ਹੇ ਦਰਸ਼ਨ ਹੋਣਾ, ਫੀਸ ਰੱਖੀ ਗਈ ਆ, ਫੀਸ ਨਾ ਹੋਵੇ। ਜੋ ਵੀ ਯਾਤਰਾ ਕੀ ਤਿਥੀ ਉਹਨੇ ਦੀ ਹੈ ਉਨਕੀ ਤਰਫ ਸੇ ਪ੍ਰਸਤਾਵਿਤ ਹੈ, ਉਸਸੇ 4 ਜਾਂ 5 ਦਿਨ ਪਹਿਲੇ ਉਨਕੋ ਇਹ ਸੂਚਨਾ ਦੇ ਦੀ ਜਾਏਗੀ ਕਿ ਆਵੇਦਨ ਸਵੀਕ੍ਰਿਤ ਹੋਇਆ ਹੈ ਕਿ ਨਹੀਂ। ਜੇ ਦੋਵੇਂ ਪਾਸਿਆਂ ਦੀ ਗੱਲ ਕਰੀਏ ਤਾਂ ਦੋਵੇਂ ਪਾਸੇ ਜਿਹੜਾ ਕੰਮ ਆ ਉਹ ਪੂਰੀ ਤੇਜ਼ੀ ਨਾਲ ਚੱਲ ਰਿਹਾ, ਉਡੀਕ ਹੈ ਸੰਗਤ ਨੂੰ ਇਸ ਕਰਤਾਰਪੁਰ ਕੋਰੀਡੋਰ ਦੇ ਖੁੱਲ੍ਹਣ ਦੀ। ਕਾਫੀ ਲੰਬੇ ਅਰਸੇ ਤੋਂ ਇਹ ਅਰਦਾਸਾਂ ਕੀਤੀਆਂ ਜਾਂਦੀਆਂ ਸੀ ਇਹ ਖੁੱਲ੍ਹੇ ਲਾਂਘੇ ਦੀਆਂ, ਲੇਕਿਨ ਹੁਣ ਵੀ ਜੇ ਖੁੱਲ੍ਹੇ ਲਾਂਘੇ ਦੀ ਗੱਲ ਕਰੀਏ ਤਾਂ ਖੁੱਲ੍ਹਾ ਲਾਂਘਾ ਹਜੇ ਨਿਸ਼ਚਿਤ ਤਰੀਕ ਆਉਣੀ ਬਾਕੀ ਹੈ।